ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਬਣਾਈ ਕਲੋਦੀ ਦੀ ਹਾਲਤ ਬਣੀ ਤਰਸਯੋਗ। ਕਲੋਦੀ ਦੀ ਅਲਾਟਮੈਂਟ ਮਗਰੋਂ ਇੰਪਰੂਵਮੈਂਟ ਟਰੱਸਟ ਨਹੀਂ ਦੇ ਰਿਹਾ ਸਹੂਲਤਾਂ। ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਵੱਲੋਂ ਮਾਲ ਮੰਡੀ ਵਿੱਚ ਬਣਾਈ ਰਿਹਾਇਸ਼ੀ ਕਲੋਨੀ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਦੀ ਇਸ ਸਮੇਂ ਤਰਸਯੋਗ ਹਾਲਤ ਬਣੀ ਹੋਈ ਹੈ। ਕਲੋਨੀ ਵਾਸੀਆਂ ਨੇ ਕਿਹਾ ਕਿ ਕਲੋਨੀ ਵਿੱਚ ਸਾਫ਼ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ, ਨਾ ਹੀ ਬੱਚਿਆਂ ਦੇ ਖੇਡਣ ਵਾਲੇ ਪਾਰਕ ਅਤੇ ਚਰਸਤਿਆਂ ਵਿੱਚ ਬਿਜਲੀ ਦੇ ਕੋਈ ਪ੍ਰਬੰਧ ਹੈ। ਬਿਜਲੀ ਦੇ ਸੜੇ ਹੋਏ ਟ੍ਰਾਂਸਫਾਰਮਰ ਆਮ ਕਬਾੜ ਦੇਖਣ ਨੂੰ ਮਿਲਦਾ ਹੈ। ਕਿਹਾ ਕਿ ਕਲੋਨੀ ਨੂੰ ਜਾਣ ਵਾਲੀ ਮੇਨ ਸੜਕ ਦੇ ਵੱਡੇ ਹਾਦਸੇ ਨੂੰ ਅੰਜਾਮ ਦੇਣ ਲਈ ਇੱਕ ਵੱਡਾ ਦਰਖਤ ਤੈਨਾਤ ਹੈ। ਸੀਵਰੇਜ ਦੇ ਗਟਰਾਂ ਦੇ ਢੱਕਣ ਗਾਇਬ ਹਨ, ਜੋ ਕਦੇ ਵੀ ਕੋਈ ਦੁਰਘਟਨਾ ਵਾਪਰ ਸਕਦੀ ਹੈ। ਸਰਕਾਰੀ ਕਲੋਨੀ ਵਿੱਚ ਗੈਰ ਕਾਨੂੰਨੀ ਢੰਗ ਨਾਲ ਮੋਬਾਈਲ ਟਾਵਰ ਲਗਾਏ ਗਏ ਹਨ, ਜੋ ਕਿ ਟਰੱਸਟ ਦੀ ਕਲੋਨੀ ਵਿੱਚ ਨਹੀਂ ਲੱਗ ਸਕਦੇ। ਸਟਰੀਟ ਲਾਈਟਾਂ ਅਤੇ ਕਲੋਨੀ ਦੇ ਬਾਹਰ ਮੇਨ ਗੇਟ ਨਹੀਂ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਦੇ ਵਿੱਚ ਕੋਈ ਵੀ ਬੰਦਾ ਲੁੱਕੇ ਕਿਸੇ ਦੀ ਲੁੱਟ ਖੋ ਹੋ ਸਕਦੀ ਰਾਤ ਦੇ ਵੇਲੇ, ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ। ਪਲਾਟਾਂ ਦੀ ਕੋਈ ਡਿਵੈਲਪਮੈਂਟ ਨਹੀਂ, ਉਹ ਕਰਦੇ ਪਏ ਸਿਰਫ ਨੋਨ ਕੰਸਟਰਕਸ਼ਨ ਫੀਸ ਖਾਂਦੇ ਪਏ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈਓ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਅੰਮ੍ਰਿਤਸਰ ਤੋਂ ਹਰਸ਼ ਪੁੰਜ ਦੀ ਰਿਪੋਰਟ। ਲੋਕਾਂ ਨਾਲ ਅਸੀਂ ਲੜਦੇ ਰਹਿੰਦੇ। ਕੋਈ ਡਿਵੈਲਪਮੈਂਟ 2005 ਤੋਂ ਨਹੀਂ ਹੋਈ। ਇਹ ਸਿਰਫ ਪ੍ਰਾਈਵੇਟ ਕਰਿੰਦਿਆਂ ਦੇ ਉੱਤੇ ਕਲੋਨੀ ਦਾ ਵਿਕਾਸ ਕਾਰਕ ਦੇ ਨਾਂ 'ਤੇ ਠੱਗੀਆਂ ਠੋਰੀਆਂ ਹੋ ਰਹੀਆਂ। ਤੁਸੀਂ ਕੀ ਸਮਝਦੇ ਕੀ ਹੋਣਾ ਚਾਹੀਦਾ ਜੀ, ਤੁਸੀਂ ਕੀ ਚਾਹੁੰਦੇ? ਅਸੀਂ ਇਹ ਚਾਹੁੰਦੇ ਹੁਣ ਅਸੀਂ ਲੇਬਰ ਆਪਣੇ ਪੱਲਿਓਂ ਲਾਈ ਆ ਸਾਰੀ ਸੁਸਾਇਟੀ ਨੇ ਇਕੱਠੇ ਹੋ ਕੇ, ਅਤੇ ਇਹ ਆਪਣੇ ਐਕਸੀਅਨ ਸਾਹਿਬ, SDO ਸਾਹਿਬ, JE ਸਾਹਿਬ ਆਪਣੇ ਫੋਟਮਾ ਗਰੁੱਪ ਦੇ ਵਿੱਚ ਪਾਈ ਜਾ ਰਹੇ ਆ ਕਿ ਅਸੀਂ ਸਫਾਈ ਕਰਾ ਰਹੇ ਹਾਂ, ਜਦਕਿ ਇਹਨਾਂ ਦਾ ਕੋਈ ਬੰਦਾ ਨਹੀਂ ਆਉਂਦਾ। ਇਹ ਇੰਜੀਨੀਅਰ ਕਾਹਦੇ ਆ ਇਹ ਨਹੀਂ ਸਮਝ ਪੈਂਦੀ ਹੈਗੀ। ਇਹ ਪ੍ਰਾਈਵੇਟ ਠੇਕੇਦਾਰਾਂ ਦੀ ਲੇਬਰ ਦੇ ਉੱਤੇ ਡਿਪੈਂਡ ਕਰਦੇ ਆ। ਕੋਈ ਕੰਮ ਕਰਨ ਆਈ ਬੇਦੀ ਆਈ ਉਹਨਾਂ ਨੂੰ ਬੁਲਾਉਂਦੇ ਆ, ਹੋਰ ਕਿਸੇ ਨੂੰ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਆ ਕਿ ਕੀ ਕੰਮ ਕਰਾਉਣਾ ਕੀ ਨਹੀਂ ਕਰਾਉਣਾ। ਇੱਥੇ ਜੰਗਲੀ ਸੱਪ ਨੇ ਜ਼ਹਿਰੀਲੇ ਨਿਕਲਦੇ ਆ, ਕਿਸੇ ਨੂੰ ਡੱਸ ਗਏ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਹੁਣ ਤੁਸੀਂ ਦੇਖ ਹੀ ਲਿਆ ਕਿ ਸਾਰੀ ਕਲੋਨੀ ਦੇ ਵਿੱਚ ਐਡੀ ਐਡੀ ਬੂਟੀ ਆ, ਕੋਈ ਵੀ ਖੋਹ ਲੁੱਟ ਖੋਹ ਹੋ ਸਕਦੀ। ਕੋਈ ਇਹਨਾਂ ਨੇ ਟ੍ਰਾਂਸਫਾਰਮਰ ਨਹੀਂ ਕੀਤਾ, ਅੱਜ ਸ਼ੋਰੂਮ ਬਣਾਏ ਸੀਗੇ, ਇਹਨਾਂ ਦੇ ਵਿੱਚ ਲੁੱਟ ਖੋਹ ਗਲਤ ਕੰਮ ਜੋ ਹੁੰਦੇ ਆ ਸਾਰਾ ਕੁਝ ਹੋ ਰਿਹਾ। ਠੀਕ ਹੈ, ਇਹਨਾਂ ਦੇ ਵਿੱਚ ਹਾਂਜੀ ਸਰ, ਤੁਹਾਡਾ ਨਾਮ ਜੀ? ਮੇਰਾ ਨਾਮ ਸੁਨੀਲ ਦੱਤੀ ਜੀ। ਦੱਤੀ ਜੀ, ਕੀ ਕਹਿਣਾ ਚਾਹੁੰਦੇ, ਕੀ ਮੁਸ਼ਕਲਾਂ? ਬਸ ਮੈਂ ਮੁਸ਼ਕਲਾਂ ਕਹਿੰਦਾ ਵੀ ਸਾਨੂੰ ਬੜੇ, ਤੁਹਾਨੂੰ ਮਹਿਰਾ ਸਾਹਿਬ ਨੇ ਵਿਸਥਾਰਪੂਰਕ ਦੱਸਿਆ, ਸਾਡੇ ਰੱਤੀ ਸਾਹਿਬ ਨੇ ਦੱਸਿਆ ਵੀ ਸਾਡੀਆਂ ਮੁਸ਼ਕਲਾਂ ਛੇਤੀ ਛੇਤੀ ਹੱਲ ਕਰਾਈਆਂ ਜਾਣ, ਤਾਂ ਕਿ ਅਸੀਂ ਵੀ ਇਹ ਟਰੱਸਟ ਦੀ ਕਲੋਨੀ ਵਿੱਚ ਅਸੀਂ ਪਲਾਟ ਲਏ ਸੀ ਅਤੇ ਸਾਨੂੰ ਬਹੁਤ ਵਧੀਆ ਸਬਜ਼ ਬਾਗ ਵਿਖਾਏ ਸੀ, ਅਤੇ ਸਾਨੂੰ ਕਿਰਪਾ ਕਰਕੇ ਸਾਡੇ ਕੰਮ ਜਿਹੜੇ ਕਰਾਏ ਜਾਣ, ਤਾਂ ਕਿ ਅਸੀਂ ਵੀ ਆਪਣੇ ਜਿਹੜੇ ਕਰਜ਼ੇ ਲੈ ਲਿਆ ਮਕਾਨ ਬਣਾਏ ਆ ਇਹਨੂੰ ਪ੍ਰੋਪਰ ਆਪਣਾ ਜੀਵਨ ਚੰਗਾ ਰੱਖ ਸਕੀਏ। ਹਾਂਜੀ ਸਰ, ਤੁਹਾਡਾ ਨਾਮ ਜੀ? ਸੰਜੀਵ ਮਹਿਰਾ। ਸੰਜੀਵ ਜੀ, ਜਿਹੜੀ ਇੱਥੇ ਤੁਸੀਂ ਆਪਣੀ ਕੋਈ NGO ਬਣਾਈ ਹੈ? ਨਹੀਂ ਸਰ। ਓਕੇ, ਇਸ ਕਲੋਨੀ ਦਾ ਕੀ ਨਾਮ ਹੈ ਔਰ ਕੀ ਕੀ ਮੁਸ਼ਕਲਾਂ ਆ ਰਹੀਆਂ ਤੁਹਾਨੂੰ? ਸਰ, ਇਸ ਕਲੋਨੀ ਦਾ ਨਾਮ ਹੈ ਏ ਬਲੋਕ ਗੁਰੂ ਤੇਗ ਬਹਾਦਰ ਨਗਰ ਮਾਲ ਮੰਡੀ ਸਕੀਮ। ਕੀ ਕੀ ਮੁਸ਼ਕਲਾਂ ਆ ਰਹੀਆਂ ਸਰ? ਇੱਥੇ ਸਿਰਫ ਮੁਸ਼ਕਲਾਂ ਹੀ ਮੁਸ਼ਕਲਾਂ ਨੇ। ਮੇਰੇ ਵੱਲ ਵੇਖ ਕੇ ਗੱਲ ਕਰੋ। ਸਿਰਫ ਮੁਸ਼ਕਲਾਂ ਹੀ ਮੁਸ਼ਕਲਾਂ ਵੈ। ਇੱਕ ਤਾਂ ਇੱਥੇ ਸਭ ਤੋਂ ਪਹਿਲੀ ਗੱਲ ਹੈ ਕਿ ਨਾ ਤਾਂ ਕੋਈ ਸਫਾਈ ਵਾਲਾ ਵੈ, ਨਾ ਇਹਦਾ ਬਿਜਲੀ ਦੀ ਪੂਰਾ ਪ੍ਰਬੰਧ ਹੈ, ਨਾ ਹੀ ਪੀਣ ਦਾ ਪਾਣੀ ਦਾ ਪ੍ਰਬੰਧ ਹੈ,
ਨਾ ਹੀ ਸੜਕਾਂ ਦੇ ਉੱਤੇ ਸੜਕਾਂ ਹੈਗੀਆਂ ਵੈ, ਨਾ ਕੋਈ ਸਰਵਿਸ ਲੇਨ ਹੈ। ਔਰ ਸਾਹਮਣੇ ਤੁਸੀਂ ਦੇਖੋ ਇੱਥੇ ਖੰਡਰ ਖੜ੍ਹੇ ਹੈਗੇ ਆ ਦੋਨੋਂ ਪਾਸੇ, ਇੱਧਰ ਦੁਕਾਨਾਂ ਅਤੇ ਉੱਧਰ ਪਲਾਟ ਫਲੈਟ। ਪਰ ਤੁਸੀਂ ਕੀ ਸਮਝਦੇ ਕੀ ਹੋਣਾ ਚਾਹੀਦਾ? ਸੋ ਕਮ ਸੇ ਕਮ ਜਿਹੜੀ ਡਿਊਟੀ ਹੈਗੀ ਹੈ ਟਰੱਸਟ ਦੀ, ਕਮ ਸੇ ਕਮ ਉਹ ਡਿਊਟੀ ਤਾਂ ਪੂਰੀ ਕਰੇ, ਉਹ ਡਿਊਟੀ ਤਾਂ ਪੂਰੀ ਕਰੇ, ਸੜਕਾਂ ਤਾਂ ਬਣਾ ਕੇ ਦੇਵੇ, ਸੜਕਾਂ ਬਣਾ ਕੇ ਦੇਵੇ, ਸਟਰੀਟ ਲਾਈਟ ਤਾਂ ਲੱਗੀ ਹੋਵੇ, ਸਟਰੀਟ ਲਾਈਟ ਹੀ ਨਹੀਂ ਹੈਗੀ, ਪੋਲ ਹੀ ਨਹੀਂ ਲੱਗੀ ਹੋਏ। ਇਹ ਪਾਰਕ ਹੈਗੇ ਆ, ਪਾਰਕ ਦੀ ਕੋਈ ਮੇਨਟੈਨੈਂਸ ਨਹੀਂ ਹੈਗੀ, ਕੋਈ ਮੇਨਟੈਨੈਂਸ ਨਹੀਂ ਹੈਗੀ, ਸਿੰਗਲ ਪੈਸੇ ਦੀ ਮੇਨਟੈਨੈਂਸ ਨਹੀਂ। ਸੜਕਾਂ ਦੇ ਖੱਡੇ ਹੈਗੇ ਆ, ਖੱਡੇ ਪੁੱਟ ਕੇ ਚਲੇ ਗਏ ਆ ਅੱਜ ਦਿਨ ਤੱਕ, ਔਰ ਮੇਰੇ ਖਿਆਲ 4 ਮਹੀਨਿਆਂ ਤੋਂ ਉਸਨੂੰ ਦੱਸਿਆ ਹੋਇਆ ਵੈ ਕਿ ਸਾਡੇ ਇੱਥੇ ਖੱਡਾ ਪੁੱਟਿਆ ਵੈ, ਕੋਈ ਸੜਕ ਨਹੀਂ, ਉਹ ਖੱਡਾ ਨਹੀਂ ਭਰਨ ਆਇਆ।